ਉੱਥੇ ਜਦੋਂ ਬਤੌਰ ਕਾਤਲ ਗ੍ਰਿਫਤਾਰੀ ਹੋਈ ਤੇ ਉਹਨੇ ਆਪਣਾ ਨਾਂ ਲਹਾਇਆ ਰਾਮ ਮੁਹੰਮਦ ਸਿੰਘ ਤੇ ਉਹ ਸਾਡਾ ਦੇਸ਼ ਪੰਜਾਬ ਦਾ ਸੁਪੁੱਤਰ ਸੀ ਸ਼ਹੀਦ ਉਦਮ ਸਿੰਘ ਤੇ ਸਾਡਾ ਵੀ ਹੀਰੋ ਸੀ ਸਾਡੀ ਪੰਜਾਬ ਗਵਰਨਮੈਂਟ ਜਿਹੜੀ ਹੈ ਉਹਨੂੰ ਵੀ ਚਾਹੀਦਾ ਕਿ ਭਗਤ ਸਿੰਘ ਦਾ ਉਦਮ ਸਿੰਘ ਦਾ ਦੁੱਲੇ ਪੱਟੀ ਦਾ ਮੂਜਸਮੇ ਇੱਥੇ ਲਗਾਏ ਜਾਣ ਔਰ ਉਹਨਾਂ ਦੀਆਂ ਖਿਦਮਤਾਂ ਦਾ ਇਤਰਾਫ ਕੀਤਾ ਜਾਏ ਪਈ ਸੋਲਾ ਜੰਮ ਦੀਆਂ ਦੇ ਮੂੰਹ ਤਿੱਖੇ ਹੁੰਦੇ ਉਹ ਜਿਹੜੇ ਬੱਚੇ ਨੇ ਨਾ ਮਤਲਬ ਦੇਸਦੇ ਹੀ ਜੰਮਦੇ ਹੀ ਦੇਸ ਪੈਂਦੇ ਨੇ ਪਈ ਇਹ ਕੋਈ ਸ਼ਾਇ ਬਣੇਗਾ ਬਹੁਤਾ ਬਹੁਤਾ ਖਾਂਦੀ ਹੂੰ ਤੇ ਥੋੜੇ ਤੋਂ ਵੀ ਜਾਂਦੀ ਇਸ ਖਾਨ ਦਾ ਜਿਹੜਾ ਅਸਲ ਰੂਪ ਉਹ ਏਵੇਂ ਜੀ ਕਿ ਬਹੁਤੇ ਨੂੰ ਜਫਾ ਮਾਰਦਾ ਬੰਦਾ ਥੋੜੇ ਤੋਂ ਵੀ ਜਾਂਦਾ ਮਾਲੀ ਦਾ ਕੰਮ ਪਾਣੀ ਲਾਣਾ ਤੇ ਘਰ-ਘਰ ਮਸ਼ਕਾਂ ਭਾਵੇ ਤਬ ਮਾਲਕ ਦਾ ਕੰਮ ਫਲ-ਫੁੱਲ ਲਾਣਾ ਲਾਵੇ ਜਾਂ ਨਾ ਲਾਵੇ ਦੋ ਮੌਲਵੀਆਂ ਦੇ ਵਿੱਚ ਇੱਕ ਕੁੱਕੜੀ ਹਰਾਮ ਹੋ ਜਾਂਦੀ ਉਹ ਫਿਰ ਹਰਾਮ ਇਸੇ ਲਈ ਹੁੰਦੀ ਹੈ ਵੀ ਦੋਵੇਂ ਤਰ੍ਹਾਂ ਜਦੋਂ ਖੁੰਦੇ ਨੇ ਹਾਂਜੀ ਲਾਲਚ ਜਿਹੜਾ ਉਹ ਠੀਕ ਨਹੀਂ ਹੁੰਦਾ ਜੀ ਬੰਦੇ ਨੂੰ ਜੋ ਅੱਲਾਹ ਨੇ ਦੇਣਾ ਹੈ ਨਾ ਉਹਦੇ ਤੇ ਤਕਾਦ ਹੋਣਾ ਚਾਹੀਦਾ ਹੈ ਮੁਰਗੀ ਤੇ ਤਿੰਨ-ਚਾਰ ਬੰਦੇ ਵੀ ਖਾ ਸਕਦੇ ਹਾਂਜੀ ਹਾਂਜੀ ਤੋਂ ਉਹਨੂੰ ਸਾਰੀ ਕੋ ਇੱਕ ਹੀ ਖਾਏ ਕੋ ਠੇਕਾ ਤੇ ਨਹੀਂ ਨਾ ਜਿੰਨੀ ਸੋਤ ਉਹਨਾਂ ਪਾਲਾ ਹਾਂਜੀ ਤੇ ਜਿੰਨੇ ਕੁੜਮ ਉਹਨਾਂ ਮੁਕਾਲਾ ਜਿੰਨੀ ਕੁੜਮਚਾਰੀ ਵੱਧ ਹੋਏਗੀ ਧੀਆਂ ਪੁੱਤਰ ਜਿੰਨੇ ਤੁਹਾਡੇ ਵੱਧ ਹੋਣਗੇ ਤੇ ਉਹਨਾਂ ਹੀ ਰਫੜ ਰੋਲੇ ਪਏ ਹੁੰਦੇ ਨੇ ਕਿਸੇ ਕਿਤੇ ਮਤਲਬੇ ਤੁਹਾਡੀ ਕੋ ਨੂ ਨਾਰਾਜ਼ ਹੋ ਗਈ ਉਹ ਪੇਕੇ ਟਰ ਗਈ ਕਿਤੇ ਧੀ ਉਧਰੋਂ ਨਾਰਾਜ਼ ਹੋ ਕੇ ਇੱਧਰ ਆ ਗਈ ਜੀ ਭਈ ਰੱਬ ਦੇ ਨਾਂ ਦੀਆਂ ਘੁੰਗਣੀਆਂ ਹਮ ਤੇ ਪੀਰਾਂ ਦੇ ਨਾਂ ਦੇ ਸੰਡੇ ਜਿਹੜਾ ਬਹੁਤਾ ਦਿੰਦਾ ਤੁਸੀਂ ਵੀ ਉਹਨੂੰ ਬਹੁਤਾ ਪਰਤਾਓ ਅਸੂਲ ਤੇ ਇਹ ਵੇ ਹਾਂਜੀ ਉਹ ਮਤਲਬ ਇਹ ਕਿ ਤੁਸੀਂ ਉਹਦਾ ਆਖਣਾ ਅੱਛਾ ਉਹ ਕਿਹੜਾ ਨੇੜੇ ਬੈਠਿਆ ਕੋਲ ਬੈਠਿਆ ਜੋ ਪੀਰ ਆਉਣ ਤੇ ਉਹਨਾਂ ਲਈ ਠੰਡੇ ਹਲਾਲ ਕਰ ਦਿਓ ਭਾਈ ਸਾਡੇ ਪੀਰ ਸਾਹਿਬ ਆਏ ਨੇ ਤੇ ਅੱਲਾ ਦੇ ਨਾਮ ਤੇ ਮਤਲਬੇ ਦੇਣ ਲੱਗਿਆ ਬੰਦੇ ਨੂੰ ਪੀੜ ਪੈ ਜੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵਾਹ ਜਿਹੜਾ ਸੱਟ ਵੰਜੇ ਹਾਂ ਉਹਦੀ ਕਿਸਮਤ ਖੋਟੀ ਗੰਡਲਾਂ ਦਾ ਸਾਗ ਹੋਵੇ ਵਿੱਚ ਮੱਖਣ ਦਾ ਪੇੜਾ ਰੱਖਿਆ ਹੋਵੇ ਤੇ ਨਾਲ ਮਕਈ ਦੀ ਰੋਟੀ ਜਿਹੜੀ ਐ ਹਾਂਜੀ ਉਹਦੀ ਜਿਹੜੀ ਚਾਸ ਆਉਂਦੀ ਏ ਉਹ ਨਾ ਮਟਣਾ ਦੀ ਤੇ ਨਾ ਦੇਸੀ ਕੁੱਕੜਾਂ ਦਾ ਉਹ ਸਵਾਦ ਜਿਹੜਾ ਨਾ ਉਹਦੇ ਚੋਂ ਨਹੀਂ ਆਉਂਦਾ। ਉਹ ਚੱਲ ਮੇਲੇ ਨੂੰ ਚਲੀ ਬismillahirrahmanirrahim ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ ਪਿਆਰੇ ਵੇਖਣ ਵਾਲਿਓ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗੀਆਂ ਤੋਂ ਸਤ ਬਿਸਮిల్లా ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਸਾਡਾ ਇਹ ਤਰਲਾ ਏ ਭਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਲੱਗਾ ਹੋਇਆ ਬੈਲ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਪਿਆਰਿਓ ਸਾਡੇ ਵੀ ਲਾਬਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬੱਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨ ਨੇ ਆਪਣੀ ਗੱਲਬਾਤ ਨੂੰ ਆਪਣੇ ਵਲੌਗਸ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਨੇ ਆ ਪਿਆਰਿਓ ਆਪਣੇ ਕੱਲ੍ਹ ਵਾਲੇ ਵਲੌਗ ਦੇ ਵਿੱਚ ਅਸਾਂ ਸ਼ਹੀਦ ਉਦਮ ਸਿੰਘ ਦਾ ਜ਼ਿਕਰ ਕੀਤਾ जिन्ने अंग्रेज डायर दे दे उ, जनरल डायर ਦੇ ਹੁਕਮ ਦੇ ਉੱਤੇ ਜਲਿਆਂ ਵਾਲਾ ਬਾਗ ਦੇ ਵਿੱਚ ਹੋਣ ਵਾਲੇ ਕਤਲੇਆਮ ਦਾ ਬਦਲਾ ਲਿਆ ਸੀ ਪਿਆਰਿਓ ਉਦਮ ਸਿੰਘ ਸ਼ਹੀਦ ਨੇ ਇੰਗਲੈਂਡ ਜਾ ਕੇ ਤੇ ਜਨਰਲ ਡਾਇਰ ਨੂੰ ਕਤਲ ਕੀਤਾ ਔਰ ਜਲਿਆਂ ਵਾਲਾ ਬਾਗ ਦੇ ਵਿੱਚ ਜਿਹੜੇ ਮੁਸਲਮਾਨ ਜਿਹੜੇ ਹਿੰਦੂ ਜਿਹੜੇ ਸਿੱਖ ਜਿਹੜੇ ਮਸੀਹੀ ਜਿਹੜੇ ਜਿਹੜੇ ਵੀ ਕਿਉਂਕਿ ਉੱਥੇ ਹਰ ਮਜ਼ਬਬ ਦੇ ਹਰ ਕੌਮ ਦੇ ਲੋਕ ਗਏ ਸਨ ਉਸਲੇ ਬਾਗ ਜੀ ਜਲਸਾ ਸੀ ਇحتਜਾਜ ਹੋਣਾ ਸੀ ਤੇ ਉੱਥੇ ਜਿਹੜੇ ਜਿਹੜੇ ਵੀ ਲੋਕ ਮੌਜੂਦ ਸਨ ਉਹਨਾਂ ਸਾਰਿਆਂ ਦਾ ਉਹਨੇ ਕਿਉਂਕਿ ਬਦਲਾ ਲਿਆ ਸੀ ਤੇ ਇਸ ਲਈ ਜਦੋਂ ਪੁੱਛਿਆ ਗਿਆ ਉਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਕਿ ਤੁਹਾਡਾ ਨਾਂ ਕੀ ਹੈ ਤੇ ਮਲਜ਼ਮ ਉਦਮ ਸਿੰਘ ਨੇ ਆਪਣਾ ਨਾਂ ਦੱਸਿਆ ਸੀ ਰਾਮ ਮੁਹੰਮਦ ਸਿੰਘ ਯਾਨੀ ਹਿੰਦੂਆਂ ਦੀ ਮੁਸਲਮਾਨਾਂ ਦੀ ਔਰ ਸਿੱਖਾਂ ਦੀ ਮੁਸ਼ਤਰਕਾ ਉਸ ਜਵਾਨ ਨੇ ਤਰਜਮਾਨੀ ਕੀਤੀ ਦੇਸ਼ ਪੰਜਾਬ ਦਾ ਸੁਪੁੱਤਰ ਸੀ ਸਾਡਾ ਹੀਰੋ ਸੀ ਅੱਜ ਸਾਡੇ ਇੱਕ ਬੜੇ ਪਿਆਰੇ ਦਰਸ਼ਕ ਸਾਡੇ ਮਿੱਤਰ ਸਾਡੇ ਮੁਸਤਕਿਲ ਵਿਊਅਰ ਨੇ ਮੁਖਤਾਰ ਅਹਿਮਦ ਹੋਰੀ ਉਹਨਾਂ ਸਾਥੋਂ ਇਹ ਮੰਗ ਕੀਤੀ ਏ ਬਲਕਿ ਇਸ ਖੁਆਇਸ਼ ਦਾ ਇਜ਼ਹਾਰ ਕੀਤਾ ਏ ਆਪਣੇ ਕਮੈਂਟ ਦੇ ਵਿੱਚ ਕਿ ਕਦੀ ਉਹ ਵੀ ਵੇਲਾ ਆਵੇਦਾ ਜਦੋਂ ਸ਼ਹੀਦ ਉਦਮ ਸਿੰਘ ਵਰਗੇ ਹੀਰੋ ਜਿਹੜੇ ਨੇ ਸਾਡੇ ਪੰਜਾਬ ਦੇ ਭਗਤ ਸਿੰਘ, ਦੁੱਲਾ ਭੱਟੀ ਇਹਨਾਂ ਦੇ ਮੂਜਸਮੇ ਬਣਾ ਕੇ ਤੇ ਇੰਡੀਅਨ ਪੰਜਾਬ ਵਾਲੇ ਔਰ ਪਾਕਿਸਤਾਨੀ ਪੰਜਾਬ ਵਾਲੇ ਸਾਰੇ ਲੋਕ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਲਗਾਉਣਗੇ ਔਰ ਉਹਨਾਂ ਦੀਆਂ ਖਿਦਮਤਾਂ ਦਾ ਉਹਨਾਂ ਦੀਆਂ ਜਵਾਨ ਮਰਦੀਆਂ ਉਹਨਾਂ ਦੀ ਸੁਰਮਤਗੀ ਦਾ ਇਤਰਾਫ ਕਰਨਗੇ ਇਦੇ ਪ੍ਰਤਾਵੇ ਜ ਸਾਡੇ ਇੱਕ ਹੋਰ ਬੜੇ ਹੀ ਮੁਹਤਰਮ ਬੜੇ ਮੁਅੱਕਰ ਸਾਡੇ ਬੜੇ ਪਿਆਰੇ ਦਰਸ਼ਕ ਇੰਡੀਆ ਤੋਂ ਅਮਰਜੀਤ ਸਿੰਘ ਜੀ ਉਹਨਾਂ ਨੇ ਇੱਕ ਕਮੈਂਟ ਕੀਤਾ ਹੋਇਆ ਹੈ ਉਹਨਾਂ ਐ ਫਰਮਾਇਆ ਹੈ ਕਿ ਉਦਮ ਸਿੰਘ ਦਾ ਜਿਹੜਾ ਪਿੰਡ ਹੈ ਜਿਹੜਾ ਕਿ ਹੁਣ ਸ਼ਹਿਰ ਬਣ ਗਿਆ ਹੈ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਉਹਨਾਂ ਨੇ ਇਹ ਫਰਮਾਇਆ ਕਿ ਉਹਦਾ ਉਸ ਸ਼ਹਿਰ ਦੇ ਵਿੱਚ ਬੜਾ ਖੂਬਸੂਰਤ ਬੜਾ ਵੱਡਾ ਮਜਸਮਾ ਉਥੇ ਲਾਇਆ ਗਿਆ ਹੋਇਆ ਹੈ ਸ਼ਹੀਦ ਉਦਮ ਸਿੰਘ ਦਾ। ਯਾਨੀ ਉਹਨਾਂ ਦਾ ਦੂਜੇ ਲਫ਼ਜ਼ਾਂ ਵਿੱਚ ਇਹ ਆਖਣਾ ਹੈ ਅਮਰਜੀਤ ਸਿੰਘ ਹੋਰਾਂ ਦਾ ਵੀ ਸਾਡੇ ਵੱਲੋਂ ਅਸਾਂ ਤੇ ਇਤਰਾਫ ਇਸ ਗੱਲ ਦਾ ਕੀਤਾ ਹੋਇਆ ਹੈ। ਤੇ ਸਾਡੀ ਹਕੂਮਤ ਨੂੰ ਵੀ ਚਾਹੀਦਾ ਹੈ ਕਿ ਉਹ ਚੋਂ ਕਿ ਸਭ ਦਾ مشترਕਾ ਹੀਰੋ ਸੀ। ਉਹਨੇ ਮੁਸਲਮਾਨਾਂ ਦਾ ਵੀ ਤੇ ਬਦਲਾ ਲਿਆ ਸੀ। ਮੁਸਲਮਾਨ ਵੀ ਸ਼ਹੀਦ ਕੀਤੇ ਗਏ ਸਨ। ਉਸ ਜੱਲਿਆਂ ਵਾਲਾ ਬਾਗ ਦੀ ਜਿਹੜੀ ਫਾਇਰਿੰਗ ਹੋਈ ਸੀ ਉਸ ਬਲਵੇ ਦੇ ਵਿੱਚ ਮੁਸਲਮਾਨ ਵੀ ਸ਼ਹੀਦ ਹੋਏ ਸਨ ਤੇ ਬਦਲਾ ਉਸ ਮੁਸਲਮਾਨਾਂ ਦਾ ਵੀ ਲਿਆ ਦੂਜਾ ਉੱਥੇ ਜਦੋਂ ਬਤੌਰ ਕਾਤਲ ਗ੍ਰਿਫਤਾਰੀ ਹੋਈ ਤੇ ਉਹਨੇ ਆਪਣਾ ਨਾਂ ਲਹਾਇਆ RAM MUHAMMAD SINGH ਤੇ ਉਹ ਸਾਡਾ ਦੇਸ਼ ਪੰਜਾਬ ਦਾ ਸੁਪੁੱਤਰ ਸੀ ਸ਼ਹੀਦ ਉਦਮ ਸਿੰਘ ਤੇ ਸਾਡਾ ਵੀ ਹੀਰੋ ਸੀ ਸਾਡੀ ਪੰਜਾਬ ਗਵਰਨਮੈਂਟ ਜਿਹੜੀ ਹੈ ਉਹਨੂੰ ਵੀ ਚਾਹੀਦਾ ਕਿ ਭਗਤ ਸਿੰਘ ਦਾ ਉਦਮ ਸਿੰਘ ਦਾ ਦੁੱਲੇ ਪੱਟੀ ਦਾ ਮੁਜਸਮੇ ਇਥੇ ਲਗਾਏ ਜਾਣ ਔਰ ਉਹਨਾਂ ਦੀਆਂ ਖਿਦਮਤਾਂ ਦਾ ਇਤਰਾਫ ਕੀਤਾ ਜਾਏ ਪਿਆਰਿਓ ਤੁਹਾਡੇ ਪਜਵਾਏ ਹੋਏ ਅਖਾਨ ਮੇਰੇ ਸਾਹਮਣੇ ਪਏ ਨੇ ਪਲੰਦਾ ਤਿਆਰ ਏ ਤੇ ਆਓ ਫਿਰ ਚਲੀਏ ਬਾਬਾ ਜੀ ਅਹਸਾਨ ਬਾਜਵਾਹਾਰਾਂ ਦੇ ਕੋਲੇ ਤੇ ਉਹਨਾਂ ਕੋਲ ਚੱਲ ਕੇ ਤੁਹਾਡੇ ਅੱਜ ਦੇ ਪਜਵਾਏ ਹੋਏ ਅਖਾਨਾਂ ਦੇ ਮਤਲਬ ਤੇ ਤੁਹਾਡੇ ਸਵਾਲਾਂ ਦੇ ਜਵਾਬ ਲਈਏ ਆਓ ਸਾਡੇ ਨਾਲ ਅਸਲਾਮੁਆਲੈਕਮ ਜਨਾਬੇ ਅਲੀ ਜੀ ਬismillah ਜੀ ਸਤ ਬismillah ਜਨਾਬ ਬਟ ਸਾਹਿਬ ਜੀ ਆਇਆਂ ਨੂੰ ਜੀ ਖੈਰ ਆਉਣ ਗੁਜਰਾں ਆਲਿਓ ਆਇਓ ਜਨਾਬ ਬੜੀ ਬਰਬਾਦੀ ਸਾਹਿਬ ਬੜੀ ਨਵਾਜ਼ਾਈ ਤੁਹਾਡੀ ਬੜੀ ਸ਼ਫਕਤ ਜੀ ਅੱਛਾ ਹਜ਼ੂਰ ਗੁਜ਼ਾਰਿਸ਼ ਹੈ ਵੇ ਹਮ ਕਿ ਅੱਜ ਅਖਾਨ ਨੇ ਬਹੁਤ ਹੈ ਹਮ ਤੇ ਪਿਆਰ ਕਰਨ ਵਾਲੇ ਜਿਹੜੇ ਸਾਡੇ ਜੀਨ ਹੈ ਨਾ ਉਹ ਆਦਣੇ ਜੀ ਕਿ ਬਾਬਾ ਜੀ ਸਾਡੀ ਵਾਰੀ ਆਉਣ ਨਹੀਂ ਦਿੰਦੇ ਅਖਾਨ ਅਸੀਂ ਭਜਵਾਨੇ ਆ ਅੱਛਾ 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 ਮਿਸਾਲ ਦੇ ਤੌਰ ਤੇ ਤੁਹਾਡੇ ਇੱਕ ਬੜੇ ਤਕਾਦ ਵਾਲੇ ਬੜੇ ਤੁਹਾਡੇ ਬੱਚੇ ਹਮ ਜਰਮਨੀ ਹੁੰਦੇ ਨੇ ਜੀ ਹਾਂਜੀ ਉਮਰ ਫਰੂਕ ਸਾਹਿਬ ਜੀ 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 ਉਹ ਆਖਦੇ ਨੇ ਵੀ ਮੈਂ ਦੋ ਤਰੇ ਵਾਰੀ ਅਖਾਨ ਭੇਜਿਆ ਤੇ ਮੇਰਾ ਤੁਸੀਂ ਅੱਖੋ ਪਰੋਖੇ ਘਰ ਛੱਡਦੇ ਜੀ 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 ਤੇ ਉਹ ਜਨਾਬ ਅਖਾਨ ਉਹਨਾਂ ਦਾ ਇਹ ਵੇ ਪੈਸੂਲਾ ਜੰਮ ਦੀਆਂ ਦਈ ਮੂੰਹ ਤਿੱਖੇ ਹੁੰਦੇ ਇਹ ਅਸਲ ਜੋ ਉਹਨਾਂ ਲੋਕਾਂ ਵਾਸਤੇ ਬਣਾਇਆ ਗਿਆ ਹੈ ਕਿ ਜਿਹੜੇ ਲੋਕ ਜੰਮਦੇ ਹੀ ਬੱਚੇ ਜਿਹੜੇ ਨੇ ਨਾ ਜੀ ਬੜੇ ਤਿੱਖੇ ਤੇ ਮੱਲਵੇ ਸਿਆਣੇ ਤੇ ਦਾਨੇ ਕਈ ਬੱਚੇ ਬੜੇ ਐਵੇਂ ਸੁਸਤ ਜੇ ਤੇ ਲੰਮਿਆ ਪੈਰਣਾ ਗੱਲ ਨੌਂ ਵਾਰੀ ਸਮਝਾਓ ਤੇ ਸਮਝ ਨਾ ਆਉਣੀ ਤੇ ਜਿਹੜੇ ਬਾਲ ਮਤਲਬ ਇਹ ਕਿ ਪੂਰਾ ਮੱਲਵੇ ਤੁਸੀਂ ਉਹਨਾਂ ਨੂੰ ਇਸ਼ਾਰੇ ਨਾਲ ਵੀ ਗੱਲ ਸਮਝਾਓ ਹਾਂਜੀ ਉਹ ਗੱਲ ਸਮਝ ਜਾਣਗੇ ਉਸੇ ਵੇਲੇ ਸਮਝ ਜਾਣ ਉਹਦੇ ਵਾਸਤੇ ਫਿਰ ਉਹ ਆਂਦੇ ਨੇ ਕਿ ਸੂਲਾਂ ਜੰਦੀਆਂ ਦੇ ਮੂੰਹ ਤਰੀਖੇ ਹੁੰਦੇ ਨੇ ਕਿ ਜਿਸ ਤਰ੍ਹਾਂ ਸੂਲ ਹੈ ਨਾ ਉਹ ਛੋਟੀ ਜੀ ਸੂਲ ਵੀ ਕਿਕਰ ਦੇ ਉੱਤੇ ਲੱਗੇਗਾ ਨਾ ਤੇ ਉਹ ਨਿੱਕੀ ਜਿਹੀ ਵੀ ਹੋਵੇਗੀ ਨਰਮ ਵੀ ਹੋਵੇਗੀ ਪਿੱਛੋਂ ਲੇਕਨ ਅੱਗੋਂ ਦਾ ਮੂੰਹ ਜਿਹੜਾ ਹੈ ਨਾ ਉਹਨੂੰ ਤੁਸੀਂ ਹੱਥ ਲਾਓਗੇ ਤਾਂ ਤੁਹਾਨੂੰ ਚੁੱਭਣ ਪਏਗਾ ਹਾਂ ਬੜਾ ਤਿੱਖਾ ਆਏਗਾ ਜੀ ਉਹ ਤਿੱਖਾ ਹੋਏਗਾ ਤਾਂ ਇਹਦਾ ਮਤਲਬ ਇਹਦਾ ਹੀ ਆਖਾਂਨ ਉਰਦੂ ਵਾਲਿਆਂ ਨੇ ਬਣਾ ਲਿਆ ਸੀ ਹੋਂਹ ਹਾਰ ਬਰਵਾ ਕਿ ਚਿਕਨੇ ਚਿਕਨੇ ਪਾਟ ਹਾਂਜੀ ਜੀ ਅਜਾ ਤੇ ਅਸਲੇ ਪੰਜਾਬੀ ਚ ਇਹ ਹੈ ਕਿ ਸੂਰਾਂ ਜੰਦਿਆਂ ਦੇ ਕਿ ਉਹ ਜਿਹੜੇ ਬੱਚੇ ਨੇ ਨਾ ਮਤਲਬ ਦੇਸਦੇ ਹੀ ਜੰਦੇ ਹੀ ਦੇਸ ਪੈਂਦੇ ਨੇ ਭਈ ਇਹ ਕੋਈ ਸ਼ਾਇਬ ਬਣੇਗਾ ਹਾਂਜੀ ਉਹਨਾਂ ਦੇ ਜਿਹੜੇ ਨੈਣ ਪ੍ਰੈਨ ਨੇ ਉਹਨਾਂ ਦਾ ਟੁਰਨ ਫਿਰਨ ਉਹਦੇ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਸਿਆਣਿਆਂ ਦਾਨਿਆਂ ਲੋਕਾਂ ਨੂੰ ਕਿ ਇਹ ਕੋ ਕੱਲ ਨੂੰ ਕੋ ਸ਼ਾਇਬ ਬਣੇਗਾ ਤੇ ਇਹ ਪੂਰਾ ਮਤਲਬ ਇਹ ਹੈ ਕਿ ਕੰਮ ਦਾ ਕਰੂ ਹੋਏਗਾ ਕੰਮ ਨੂੰ ਸਮਝੇਗਾ ਤੇ ਤਿੱਖੇ ਦਾ ਮਤਲਬ ਤੇਜ਼ ਹੁੰਦਾ ਹੈ ਕਿ ਸੂਲਾ ਜਦੋਂ ਜੰਮਦੀਆਂ ਨੇ ਹਾਂਜੀ ਤੇ ਸੂਲਾ ਜਿਹੜੀਆਂ ਹੁੰਦੀਆਂ ਨੇ ਸੂਲਾ ਤੋਂ ਮਰਾਦ ਹੈ ਕਿ ਉਹ ਸਮਝਦਾਰ ਬੱਚੇ ਸਿਆਣੇ ਤੇ 당ਨੇ ਬੱਚੇ ਇਹ ਦਾ ਵਾਹ ਵਾਹ ਹਾਂਜੀ ਲੋ ਜੀ ਪਿਆਰਿਓ ਬਾਬਾ ਜੀ ਨੇ ਜਿਵੇਂ ਇਹਦੀ ਵੰਡ ਕੀਤੀ ਏ ਮਤਲਬ ਛੋਟਾ ਬੱਚਾ ਵੀ ਜਿਹੜਾ ਨਾ ਜੀ ਉਹਦੇ ਵੀ ਉਨਵਾਨ ਜਾਪ ਪੈਂਦੇ ਨੇ ਕਿ ਇਹ ਵੱਡਾ ਹੋ ਕੇ ਇਨਸ਼ਾਅੱਲਾ ਕੋਈ ਵੱਡਾ ਆਦਮੀ ਬਣੇਗਾ ਉਹਦੀਆਂ ਹਰਕਤਾਂ ਬਾਲਪਨੇ ਤੋਂ ਹੀ ਅਜਈਆਂ ਹੁੰਦੀਆਂ ਨੇ ਜਿਹੜੀਆਂ ਇਸ ਗੱਲ ਦਾ ਬਚਪਨ ਤੋਂ ਹੀ ਉਹਦਾ ਟੰਡੋਰਾ ਪੇਟ ਦਿੰਦੀਆਂ ਨੇ ਕਿ ਇਹ ਬੱਚਾ ਵੱਡਾ ਹੋ ਕੇ ਕੱਲ ਨੂੰ ਕੋਈ ਵੱਡਾ ਆਦਮੀ ਬਣੇਗਾ ਤੇ ਉਹਦੇ ਬਾਰੇ 'ਚ ਇਹ ਅਖਾਨ ਬੋਲੇ ਜਾਂਦਾ ਪਈ ਸੂਲਾ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਨੇ ਛੋਟਾ ਬੱਚਾ ਬੜਾ ਤੇਜ਼ ਤਰਾਰ ਚਲਾਕ ਹੁਸ਼ਿਆਰ ਜ਼ਹੀਨ ਹੋਵੇ ਤੇ ਉਹਦੇ ਬਾਰੇ ਫਿਰ ਆਖਦੇ ਨੇ ਪਈ ਇਹ ਜਿਹੜਾ ਨਾ ਛੋਟਾ ਜਿਹਾ ਬਾਲ ਇਹ ਇਨਸ਼ਾਅੱਲਾ ਕਿਸੇ ਵੇਲੇ ਕੋ ਵੱਡਾ ਆਦਮੀ ਬਣੇਗਾ ਤੇ ਉਹਨੂੰ ਫੇਰ ਆਖਦੇ ਨੇ ਵੀ ਸੂਲਾ ਜੰਮਦਿਆਂ ਦੇ ਮੂੰਹ ਤਿੱਖੇ ਹੁੰਦੇ ਨੇ ਤੇ ਬਾਬਾ ਜੀ ਜਿਹੜਾ ਅਗਲਾ ਅਖਾਨ ਹੈ ਉਹ ਸਾਡੇ ਮਿੱਤਰ ਨੇ ਜੀ 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 ਸ਼ਹਿੂ ਪੁਰੇ ਤੋਂ ਅੱਛਾ ਅੱਛਾ ਮੀਆਂ ਉਮਰ ਸਾਹਿਬ ਜੀ ਜੀ ਉਹ ਕੱਲ ਵੀ ਉਹਨਾਂ ਜਦੋਂ ਫੋਨ ਕੀਤਾ ਤੇ ਉਹਨਾਂ ਦੱਸਿਆ ਜੀ ਕਿ ਅਸੀਂ ਸਾਰੇ 8 10 ਦੋਸਤ ਆਪਣੇ ਡੇਰੇ ਤੇ ਬੈਠੇ ਆ ਹੂੰ ਹੂੰ ਤੇ ਤੁਹਾਡਾ ਲਾ ਕੇ ਬੈਵੇਂ ਆ ਮੇਲਾ ਟੀਵੀ ਤੇ ਬੜਾ ਸਵਾਦ ਪੈ ਲੈਨੇ ਆ ਆਨੰਦਮਾਨ ਨੇ ਆ ਬੇ ਬਾਬਾ ਜੀ ਦੀਆਂ ਗੱਲਾਂ ਦਾ ਅੱਛਾ ਅੱਛਾ ਤੇ ਉਹਨਾਂ ਕਹਿ ਲਈ ਸਾਡਾ ਵੀ ਅਖਾਨ ਪੁੱਛੋ ਬਾਬਾ ਜੀ ਤੋਂ ਉਹ ਅਖਾਨ ਉਹਨਾਂ ਐਪ ਜੁਆਇਆ ਹੂੰ ਹੂੰ ਬਈ ਬਹੁਤਾ ਬਹੁਤਾ ਖਾਂਦੀ ਹੂੰ ਤੇ ਥੋੜੇ ਤੋਂ ਵੀ ਜਾਂਦੀ ਇਸ ਖਾਨਦਾ ਜਿਹੜਾ ਅਸਲ ਰੂਪ ਹੈ ਉਹ ਇਹ ਵੇ ਜੀ ਕਿ ਬਹੁਤੇ ਨੂੰ ਜਫਾ ਮਾਰਦਾ ਬੰਦਾ ਥੋੜੇ ਤੋਂ ਵੀ ਜਾਂਦਾ ਹੈ ਵਾ 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 ਤੋਂ ਉਹ ਫਿਰ ਵਿਗੜਦੇ ਵਿਗੜਦੇ ਉਹ ਥੋੜਾ ਥੋੜਾ ਉਧਰ ਨੂੰ ਪੁੱਲੀ ਜਾਂਦੀ ਹੈ ਇਹਦਾ ਬੁਨਿਆਦੀ ਮਕਸਦ ਇਹ ਹੀ ਹੈ ਜੀ ਕਿ ਜਿਹੜਾ ਬੰਦਾ ਹੈ ਬੰਦੇ ਨੂੰ ਚਾਹੀਦਾ ਹੈ ਵੀ ਜੋ ਅੱਲਾਹ ਤਾਲਾ ਨੇ ਉਹਦੇ ਮੁਕੱਦਰਾ ਵਿੱਚ ਲਿਖਿਆ ਹੈ ਨਾ ਉਹ ਉਹਨੂੰ ਦੇ ਦਿੰਦਾ ਹੈ ਹਾਂ ਅੱਲਾਹ ਅੰਦਾ ਮੈਂ ਜਿਹਨੂੰ ਚੁੰਝ ਲਈ ਉਹਨੂੰ ਚੋਕ ਦੇ ਦੇਣਾ ਜੀ ਜੀ ਹਾਂਜੀ ਵੇਖੋ ਨਾ ਉਹਨੇ ਮੂੰਹ ਲਾਇਆ ਚ ਉਹਨੇ ਰੋਜੀ ਦੇਣੀ ਦੇਣੀ ਹੈ ਜੀ ਲੇਕਿਨ ਕਈ ਬੰਦੇ ਜਿਹੜੇ ਨੇ ਉਹ ਦੁਨੀਆ ਤੇ ਕੋਸ਼ਿਸ਼ ਕਰਦੇ ਨੇ ਵੀ ਮੈਂ ਜੱਫੇ ਮਾਰ ਲਾਂ ਇਧਰੋਂ ਵੀ ਇਕੱਠਾ ਕਰ ਲਾਂ ਇਧਰੋਂ ਵੀ ਇਕੱਠੇ ਕਰ ਲਾਂ ਉਰਦਨ ਯਾਨੀ ਇਹ ਸਮਝ ਲੈਨੇ ਵੀ ਇਹ ਸਾਰਾ ਕੁਝ ਮੈਂ ਆਪਣੀ ਮਰਜ਼ੀ ਨਾਲ ਕਰ ਸਕਣਾ ਹਾਂ ਜੀ ਜੀ ਹਾਲਾ ਹੁੰਦਾ ਸਾਰਾ ਕੁਝ ਖੁਦਾ ਦੀ ਮਰਜ਼ੀ ਨਾਲ ਅੱਲਾਹੂ ਅਕਬਰ ਅਜਾ ਉਹ ਫਿਰ ਨਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਬੰਦਾ ਬਹੁਤੀ ਨੂੰ ਜੱਫੇ ਮਾਰਦਾ ਮਾਰਦਾ ਨਾ ਉਹ ਸਾਰੀ ਉਹ ਥੋੜੀ ਤੋਂ ਵੀ ਫਿਰ ਚਲਾ ਜਾਂਦਾ ਇਹ ਨਹੀਂ ਉਹ ਥੋੜੀ ਵੀ ਨਹੀਂ ਉਹਨੂੰ ਲੱਭਦੀ ਹਾਂ ਜੀ ਔਰ ਉਹਦਾ ਵੱਡਾ ਨੁਕਸਾਨ ਹੋ ਜਾਂਦਾ ਜੀ ਇਸ ਵਾਸਤੇ ਇਸ ਖਾਨੇ 'ਚ ਮਤ ਦਿੱਤੀ ਗਈ ਏ ਕਿ ਤੁਸੀਂ ਮਿਹਨਤ ਇਮਾਨਦਾਰੀ ਨਾਲ ਕਰੋ ਸਦਕ ਯਕੀਨ ਨਾਲ ਕਰੋ ਤੇ ਆਪਣਾ ਵਹਿਲੇ ਨਾ ਬੈਰ ਉਹ ਕੰਮ ਕਰੋ ਜਿਸਰਾ ਤੁਹਾਡੇ ਮੁਕੱਦਰ ਲਿਖੇ ਨੇ ਉਸ ਹਿਸਾਬ ਨਾਲ ਤੁਹਾਡਾ ਹੌਲੀ ਹੌਲੀ ਰਜ਼ਕ ਜਿਹੜਾ ਖੁੱਲਦਾ ਲਗਾ ਜਾਏਗਾ ਤੇ ਲੇਕਿਨ ਆ ਜਿਹੜਾ ਕੰਮ ਇਹਦਾ ਵੀ ਮੈਂ ਆ ਵੀ ਕਰ ਲਾਂ ਦੋ ਨੰਬਰੀਆਂ ਕਰ ਲਾਂ ਤਿੰਨ ਨੰਬਰੀਆਂ ਕਰ ਲਾਂ ਜੀ ਜੀ ਉਹ ਜਿਹੜਾ ਨਾ ਉਹ ਫਿਰ ਉਹ ਬਹੁਤਾ 부ਚਕਾ ਜਿਹੜਾ ਨਾ ਉਹਦਾ ਹੁਜਕਾ ਵੀ ਬਹੁਤਾ ਲੱਗਦਾ ਹੈ ਵਾਹ ਵਾਹ ਉਹ ਕਈ ਵਾਰੀ ਫਿਰ ਜਿਹੜਾ ਨਾ ਉਹ ਸਾਰੇ ਹੀ ਜਿਹੜਾ ਨਾ ਕਿਆ ਲਾ ਜਾਂਦਾ ਵਾਹ ਹਾਂਜੀ ਤੋ ਇਸ ਵਾਸਤੇ ਇਸ ਕੰਮ ਤੋਂ ਪ੍ਰੇਜ਼ ਕਰਨਾ ਵਾਹ ਵਾਹ ਤੇ ਅੱਲਾ ਦੇ ਦਿੱਤੇ ਤੇ ਸ਼ਾਕਰ ਰਹਿਣਾ ਚਾਹੀਦਾ ਜੀ ਹਾਂਜੀ ਜੋ ਦਵੇ ਤੁਸੀਂ ਮਿਹਨਤ ਆਪਣੀਆਂ ਲੋ ਕਸਰ ਨਾ ਛੱਡੋ ਜੀ ਤੇ ਫਿਰ ਰੱਬਾਂ ਦਾ ਵੀ ਦੇਣ ਲੋ ਮੈਂ ਕਸਰ ਨਹੀਂ ਛੱਡਾ ਲਓ ਜੀ ਪਿਆਰੋ ਵੇਖੋ ਬਾਬਾ ਜੀ ਨੇ ਕਿੱਡੀ ਸੋਹਣੀ ਗੱਲ ਕੀਤੀ ਭਈ ਮਾਲੀ ਦਾ ਕੰਮ ਪਾਣੀ ਲਾਣਾ ਤੇ ਭਰ-ਭਰ ਮਸ਼ਕਾਂ ਭਾਵੇ ਤੇ ਮਾਲਕ ਦਾ ਕੰਮ ਫਲ-ਫੁੱਲ ਲਾਣਾ ਲਾਵੇ ਜਾਂ ਨਾ ਲਾਵੇ ਬੰਦੇ ਨੂੰ ਆਪਣੀ ਮਿਹਨਤ ਜਿਹੜੀ ਹੈ ਬਰਪੂਰ ਕਰਨੀ ਚਾਹੀਦੀ ਹੈ। ਬਾਕੀ ਅੱਲਾਹ ਪਾਕ ਤੇ ਸਦਕ ਯਕੀਨ ਰੱਖ ਕੇ ਤੇ ਸਾਬਰ ਹੋ ਕੇ ਬਹਿਣਾ ਚਾਹੀਦਾ ਰੱਬ ਜੋਤ ਦੇਵੇ ਉਹਦੇ ਤੇ ਸ਼ੁਕਰ ਕਰਨਾ ਚਾਹੀਦਾ। ਤੇ ਜੇ ਬਾਬਾ ਜੀ ਨੇ فرمایا ਵੀ ਜਾਇਜ਼ ਨਜਾਇਜ਼ ਤਰੀਕਿਆਂ ਦੇ ਨਾਲ ਤੁਸੀਂ ਇਕੱਠਾ ਕਰਨ ਲੱਗ ਪੋਗੇ ਨਾ ਦੌਲਤ ਜਾਂ ਦੁਨੀਆਂ ਤੇ ਫਿਰ ਕਿਸੇ ਲਈ ਬੰਦਾ ਫਸ ਵੀ ਜਾਂਦਾ ਤੇ ਜਦੋਂ ਫਿਰ ਫਸ ਜਾਂਦਾ ਉਦੋਂ ਉਹ ਜਿਹੜੀ ਇੱਜ਼ਤ ਨਾਲ ਉਹਨੂੰ ਥੋੜੀ ਮਿਲਣ ਜਈ ਡਈ ਹੁੰਦੀ ਹੈ ਨਾ ਉਹ ਉਹਦੇ ਤੋਂ ਵੀ ਜਾਂਦਾ ਤੇ ਉਹਦੇ ਨਾਲ ਚੰਗਾ ਇਹ ਨਹੀਂ ਸੀ ਕਿ ਜੋ ਮਿਲਣ ਡਈ ਸੀ ਅੱਲਾ ਪਾਕ ਜੋ ਦੇ ਰਿਆ ਸੀ ਉਹਦੇ ਤੇ ਸਾਬਰ ਤੇ ਸ਼ਾਕਰ ਬਣ ਕੇ ਇੱਕ ਦਫਾ ਕਰਦਾ ਐਸੇ ਹੀ ਆ ਖਾਨ ਦਾ ਨਾ ਅੰਗਰੇਜ਼ੀ ਵਿੱਚ ਕਿ ਈਜ਼ੀ ਕਾਮ ਈਜ਼ੀ ਗੋ ਜੀ ਕਿ ਜਿਹੜੀ ਸ਼ਾਇਦ ਸੌਖੀ ਛੇਤੀ ਲੱਭ ਜਾਈ ਉਹ ਜਾਏਗੀ ਵੀ ਛੇਤੀ ਜੀ ਇੰਜੀਨੀ ਅਗਰ ਤੁਸੀਂ ਨਜਾਇਜ਼ ਮਾਲ ਇਕੱਠਾ ਕਰਨ ਦੀ ਕੋਸ਼ਿਸ਼ ਕਰੋਗੇ ਜੀ ਤਾਂ ਜਾਏਗਾ ਵੀ ਉਨੀ ਛੇਤੀ ਜੇ ਛੇਤੀ ਲੱਭ ਜਾਗਾ ਹਾਂ ਹਾਂ ਬਾਬਾ ਜੀ ਬੈਲਜੀਅਮ ਤੋਂ ਫਰੀਦ ਯੂਸਫ ਸਾਹਿਬ ਨੇ ਇੱਕ ਖਾਨ ਪਜਵਾਇਆ ਹੈ ਹੂੰ ਉਹ ਇਸ ਤਰ੍ਹਾਂ ਹੈ ਭਈ ਦੋ ਮੌਲਵੀਆਂ ਦੇ ਵਿੱਚ ਇੱਕ ਕੁਕੜੀ ਹਰਾਮ ਹੋ ਜਾਂਦੀ ਹੈ ਹਾਂਜੀ ਹਾਂਜੀ ਇਹ ਦੱਸਿਆ ਨਾ ਇਹਦੇ ਚ ਇਹ ਗਿਆ ਕਿ ਆ ਜਿਹੜਾ ਨਾ ਦੋ ਮੁਲਾਵਾਂ ਮੇ ਮੁਰਗੀ ਹਰਾਮ ਇਹ ਉਰਦੂ ਦਾ ਵੀ ਉਰਦੂ ਦਾ ਵੀ ਹੈ ਹਾਂਜੀ 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 ਉਰਦੂ ਵਿੱਚ ਵੀ ਹੈ ਪੰਜਾਬੀ ਵਿੱਚ ਵੀ ਹੋ ਗਿਆ ਅਸਲ ਇਹ ਹੈ ਕਿ ਇਹਦੇ ਚ ਦੱਸਿਆ ਗਿਆ ਹੈ ਕਿ ਜਿਹੜਾ ਬੰਦਾ ਲਾਲਚੀ ਹੋਏਗਾ ਜੀ ਜੀ ਹਾਂਜੀ ਉਹ ਕੋਸ਼ਿਸ਼ ਕਰੇਗਾ ਕਿ ਮੈਂ ਆਪਣੇ ਹੱਲ ਨੂੰ ਹੀ ਹਰਸ਼ਾ ਜਿਹੜੀ ਹੈ ਨਾ ਸਾਰੀ ਕੁਕੜੀ ਮੈਂ ਹੀ ਖਾ ਲੈਂ ਮੈਂ ਹੀ ਖਾ ਜਾ ਤੇ ਉਹ ਫਿਰ ਹਰਾਮ ਇਸ ਤਰ੍ਹਾਂ ਹੀ ਹੁੰਦੀ ਹੈ ਵੀ ਦੋਵੇਂ ਤਰ੍ਹਾਂ ਜਦੋਂ ਖੁੰਦੇ ਨੇ ਹਾਂਜੀ ਇਹ ਇਹਦੇ ਨਾਲ ਹੀ ਇੱਕ ਮਿਲਦੀ ਜੁਲਦੀ ਮਿਸਾਲ ਆ ਜੀ ਪਈ ਉਹ ਪੁਰਾਣੇ ਜ਼ਮਾਨੇ ਦੀ ਗੱਲ ਹੈ ਜਦੋਂ ਵੱਡੇ ਥਾਲ ਹੁੰਦੇ ਸਨ ਕਹਿੰਦੇ ਜੀ ਉਹਨਾਂ ਦੇ ਵਿੱਚ ਚੌਲ ਪਾ ਕੇ ਤੇ ਉਦੋਂ ਲੋਕੀ ਰੋਟੀ ਵੀ ਬੜੀ ਖਾਂਦੇ ਸਨ ਮੈਂ ਤਾਂ ਮਜ਼ਦੂਰੀ ਬੜੀ ਕਰਦੇ ਸਾਂ ਉਹ ਕਹਿੰਦੇ ਥਾਲ ਜਿੰਨਾ ਚੌਲ ਪਾ ਕੇ ਕਿਸੇ ਤੇ ਉੱਤੇ ਖੰਡ ਪੀ ਕੇ ਪਾਉਂਦੇ ਸਨ ਉਹਨੂੰ ਪਰਿਠਾ ਆਂਦੇ ਸਨ ਤੇ ਉੱਤੇ ਘਿਓ ਲੁੱਦ ਦੇਣਾ ਚੋਖਾ ਹੀ ਦੇਤੀ ਦੇਸੀ ਘਿਓ ਅੱਛਾ ਉਹਨੋਂ ਮੰਜੀ ਦੇ ਉੱਤੇ ਨਾ ਬੈਠੇ ਸਨ ਦੋ ਆਲਮ ਮੌਲਵੀ ਸਾਹਿਬ ਹਾਂ ਇੱਕ ਉੱਤਲੇ ਪਾਸੇ ਤੇ ਇੱਕੇਲੇ ਪਾਸੇ ਉਦੋਂ ਇਕੱਠੇ ਹੀ ਰੁਹਾਜ ਹਾਂ ਜੰਜਾਂ ਚ ਵੀ ਵੇਖਿਆ ਪਿਆਮਣੇ ਸਾਹਮਣੇ ਬਾਕੇ ਨਾ ਬੰਦਿਆਂ ਨੂੰ ਤੇ ਵਿਚਕਾਰ ਇੱਕੋ ਹੀ ਪਲੇਟ ਚ ਦੋਹਾਂ ਨੂੰ ਦੇਣ ਲਾ ਖਾਣ ਲੈ ਹਾਂ ਜਿਸ ਆਲਮ ਦੇ ਦੇਣਾ ਰੋਟੀਆਂ ਫੜਾ ਰੋਟੀਆਂ ਫੜਾਣੀਆਂ ਇੱਕੋ ਪਲੇਟ ਚ ਹੀ ਖਾਣਾ ਅੱਛਾ ਉਹ ਨਾ ਜਿਹੜਾ ਸੀ ਨਾ ਬੰਦਾ ਨੀਵੇਂ ਪਾਸੇ ਮੌਲਵੀ ਬੈਠੇ ਜੀ ਜੀ ਉਹਨਾਂ ਨੇ ਉਧਰ ਨੂੰ ਨਾ ਥਾਲ ਜਦੋਂ ਬੈਠੇ ਤੇ ਨੀਵਾ ਹੋ ਗਿਆ ਉਹ ਨੀਵਾ ਹੋ ਗਿਆ ਤੇ ਕਿਓ ਜਿਹੜਾ ਨੀਵੇਂ ਪਾਸੇ ਨੂੰ ਚਲਾ ਗਿਆ ਸਾਰਾ ਜਦੋਂ ਕਿਓ ਸਾਰਾ ਨੀਵੇਂ ਪਾਸੇ ਨੂੰ ਚਲਾ ਗਿਆ ਜ਼ਾ ਰਿਓ ਲਿਕਵਿਡ ਹਾਲ ਚ ਸੀ ਹਾਂਜੀ ਹਾਂਜੀ ਤੇ ਉਹ ਦੂਜੇ ਮੌਲਵੀ ਸਾਹਿਬ ਨੂੰ ਗੁੱਸਾ ਜਿਹੜਾ ਆ ਵੀ ਮੈਂ ਚੋਲਖਾਨੇ ਦੇ ਤੇ ਸਾਰੇ ਕਿਓ ਤੇ ਉਧਰ ਨੂੰ ਟੁੱਟ ਗਿਆ ਹਾਂ ਉਹਨਾਂ ਨੇ ਨਾ ਉਹ ਜਿਹੜੇ ਬੰਦੇ ਬੈਠੇ ਸਨ ਨਾ ਉਹ ਦਵਾਲੇ ਆਲੇ ਦਵਾਲੇ ਥੱਲੇ ਮੌਲਵੀ ਸਾਹਿਬਾਨ ਦੀ ਖਿਦਮਤ 'ਚ ਉਹਨਾਂ ਆਖਿਆ ਵੀ ਉਹ ਬੰਦੇਓ ਸੁਣੋ ਰੋਜ਼ੇ ਮਹਿਸ਼ਰ ਨੂੰ ਦੁੱਧ ਦੀਆਂ ਨਹਿਰਾਂ ਵਗਣਗੀਆਂ ਜੀ ਉਹਨਾਂ ਆਖਿਆ ਜੀ ਕਿਸਨਾ ਵਗਣਗੀਆਂ ਉਹਨਾਂ ਥਾਲ ਦੇ ਵਿੱਚ ਨਾ ਚਮਚੀ ਦੇ ਨਾਲ ਮਾਰੀ ਲਕੀਰ ਹਾਂਜੀ ਜਾਂ ਉਂਗਲ ਦੇ ਨਾਲ ਮਾਰੀ ਲਕੀਰ ਜੀ ਚੰਗੀ ਘਾਏ ਘੋਟ ਕੇ ਉਹ ਕਿਉਂ ਜਿਹੜਾ ਉਹਨਾਂ ਦੇ ਪਾਸੇ ਸਾਰਾ ਆ ਗਿਆ ਜੀ ਜੀ ਉਹ ਜਿਹੜੇ ਦੂਜੇ ਮੌਲਵੀ ਸਾਹਿਬ ਸਨ ਉਹਨਾਂ ਨੂੰ ਗੁੱਸਾ ਜੜਿਆ ਵੀ ਇਹਦੇ ਲੈ ਗਿਆ ਉਧਰ ਨੂੰ ਪਰਤ ਕੇ ਹਾਂ ਜੀ ਹਾਂ ਉਹਨਾਂ ਆਖਿਆ ਉਹ ਮੌਮਨੋ ਰੋਜ਼ੇ ਮਹਿਸ਼ਰ ਨੂੰ ਹੇਠਲੀ ਉੱਤੇ ਹੋ ਜੇਗੀ ਉਹਨੇ ਦੋ ਦੋਈ ਦੁਆਤ ਮਾਰੇ ਦੋ ਉਧਰੋਂ ਮਾਰੇ ਸਾਰਾ ਲਾਸ਼ ਛੜੇ ਹਾਂ ਤੂੰ ਗੱਲ ਇਹ ਹੈ ਕਿ ਇਹਦੇ ਚ ਦੱਸਿਆ ਗਿਆ ਕਿ ਲਾਲਚ ਜਿਹੜਾ ਨਾ ਉਹ ਠੀਕ ਨਹੀਂ ਹਾਂਜੀ ਲਾਲਚ ਜਿਹੜਾ ਉਹ ਠੀਕ ਨਹੀਂ ਹੁੰਦਾ ਜੀ ਬੰਦੇ ਨੂੰ ਜੋ ਅੱਲਾਹ ਨੇ ਦੇਣਾ ਹੈ ਨਾ ਉਹਦੇ ਤੇ ਤਕਾਦ ਹੋਣਾ ਚਾਹੀਦਾ ਉਹਦੇ ਤੇ ਉਹਦਾ ਧਿਆ ਹੋਣਾ ਚਾਹੀਦਾ ਹਾਂ ਹਾਂਜੀ ਇਸ ਵਾਸਤੇ ਵੇਖੋ ਨਾ ਮੁਰਗੀ ਤੇ ਤਿੰਨ ਚਾਰ ਬੰਦੇ ਵੀ ਖਾ ਸਕਦੇ ਹਾਂ ਜੀ ਹਾਂਜੀ ਤੋਂ ਸਾਰੀ ਕੋ ਇੱਕ ਹੀ ਖਾਏ ਕੋ ਠੇਕਾ ਤੇ ਨਹੀਂ ਨਾ ਹਾਂਜੀ 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 ਤੋਂ ਇਹ ਇਹ ਦੇ ਚ ਮਤ ਦਿੱਤੀ ਗਈ ਹੈ ਕਿ ਮਤਲਬ ਇਹ ਦੋ ਇਕੱਠੇ ਹੋ ਜਾਣ ਤੇ ਉਹਨਾਂ ਦੇ ਆਪਸ ਚ ਲੜਨ ਦਾ ਉਹਨਾਂ ਦਾ ਮਾਮਲਾ ਬਣ ਜਾਂਦਾ ਹੈ ਬਣ ਸਕਦਾ ਹੈ ਔਰ ਝਗੜਾ ਬਣ ਸਕਦਾ ਹੈ ਹਾਂਜੀ ਲਓ ਜੀ ਪਿਆਰਿਓ ਬਾਬਾ ਜੀ ਬਖ ਫਰਮਾਉਂਦੇ ਨੇ ਵੀ ਸ਼ਹਿ ਇਕ ਕੇ ਤੇ ਹੈ ਵੀ ਹਲਾਲ ਹੈ ਹੁਣ ਉਹਦੇ ਵਾਰਿਸ ਕਲੇਮੈਂਟ ਜਾਂ ਮਦਈ ਦੋ ਨੇ ਤੇ ਉਹ ਜੇ ਤੇ ਇਨਸਾਫ ਨਾਲ ਬਰੋਬਰ ਆਪਸ ਵਿੱਚ ਵੰਡ ਲੈਣ ਤੇ ਫਿਰ ਤੇ ਬੜੀ ਸੋਹਣੀ ਗੱਲ ਹੈ ਲੇਕਿਨ ਉਹ ਇੱਕ ਸ਼ਹਿ ਹਲਾਲ ਵੀ ਹੈ ਲੇਕਿਨ ਉਹਦੇ ਵਾਰਸ ਦੋ ਨੇ ਤੇ ਉਹ ਆਪਸ ਵਿੱਚ ਜੇ ਛੀਨਾ ਜਪਟੀ ਸ਼ੁਰੂ ਕਰ ਦੇਣਗੇ ਤੇ ਉਹ ਹਾਲ ਸ਼ਹਿ ਜਿਹੜੀ ਉਹ ਵੀ ਸਮਝੋ ਫਿਰ ਹਰਾਮ ਹੀ ਗਈ ਕਿਉਂਕਿ ਉਹ ਇੱਕ ਦੂਜੇ ਕੋਲੋਂ ਖੋਖਵਾ ਕੇ ਨੋਚ ਨਾਚ ਕੇ ਜੂ ਖਾਣਗੇ ਤੇ ਉਹ ਫਿਰ ਕੋਈ ਨਾ ਖਾਣ ਦਾ ਚਾਜ ਰਿਆ ਤੇ ਨਾ ਇਨਸਾਫ ਦੇ ਨਾਲ ਦੋਵਾਂ ਦਾ ਹਿੱਸਾ ਇੱਕ ਦੂਜੇ ਨੂੰ ਮਿਲਿਆ ਬਾਬਾ ਜੀ ਡਨਮਾਰਕ ਤੋਂ ਮੁਹੰਮਦ ਸ਼ਫੀਕ ਸਾਹਿਬ ਜੀ ਜੀ ਉਹਨਾਂ ਇੱਕ ਖਾਨ ਪਜਵਾਇਆ ਜੀ 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 ਬਈ ਜਿੰਨੀ ਸੋਤ ਉਹਨਾਂ ਪਾਲਾ ਹਾਂਜੀ ਤੇ ਜਿੰਨੇ ਕੁੜਮ ਉਹਨਾਂ ਮੁਕਾਲਾ ਅਸਲ ਜੀ ਦੱਸਿਆ ਗਿਆ ਕਿ ਜਿੰਨੀਆਂ ਵੀ ਕੋਲ ਕਪੜੇ ਬੰਦੇ ਨੇ ਪਾਏ ਹੁੰਦੇ ਨੇ ਹਾਂ ਜੀ ਜੀ ਹਾਂ ਜੀ ਸਿਆਲ ਦੇ ਦਿਨਾਂ ਜਦੋਂ ਅੱਤ ਦੀ ਠੰਡ ਹੁੰਦੀ ਹੈ ਸੀਤ ਹੁੰਦਾ ਹੈ ਹਾਂਜੀ ਹਾਂ ਤੇ ਉਹਨੇ ਜਿੰਨੇ ਬਹੁਤੇ ਕੱਪੜੇ ਪਾਇਓ ਉਹਨਾਂ ਨੂੰ ਉਹਨੂੰ ਬਹੁਤਾ ਪਾਵਾਂ ਪਿਆ ਲੱਗਦਾ ਹੈ ਹਾਂ ਤੇ ਜਿਹੜੇ ਲੋਕ ਬਾਹਰ ਕੰਮਕਾਰ ਕਰਦੇ ਨੇ ਹਾਂਜੀ ਤੇ ਜਿਸਮ ਨੂੰ ਸਰੀਰ ਖੋਲਦੇ ਨੇ ਕੋਈ ਕੰਮ ਮਜ਼ਦੂਰੀ ਕਰਦਾ ਉਹਨਾਂ ਦਾ ਪਾਲਾ ਲੈ ਜਾਂਦਾ ਤੇ ਜਿਹੜਾ ਬੰਦਾ ਨਰੇ ਕੱਪੜੇ ਹੀ ਪਾਈ ਫਿਰਦਾ ਨਾ ਤੇ ਵੇਲਿਆਂ ਬਹਿ ਕੇ ਦਿ ਲੁਕਦਾ ਫਿਰਦਾ ਤੇ ਐਵੇਂ ਕਿਤੇ ਅੱਗ ਦੀ ਢਾਂਡਰੀ ਲਾ ਕੇ ਪਿਆ ਸੇਕੀ ਹਾਂਜੀ ਕੋਈ ਵੇਖਿਆ ਲੰਗ ਲੰਬ ਲੰਗਦਿਆਂ ਕਿ ਢਾਂਡਰੀ ਲਾਈਓ ਉੱਤੇ ਸੇਕਣ ਲੱਗ ਪਿਆ ਉਹਨੂੰ ਚੋਖਾ ਪਾਲਾ ਹੁੰਦਾ ਉਹਨੂੰ ਚੋਖਾ ਸਰਦੀ ਲੱਗਦੀ ਏ ਸੀਤ ਲੱਗਦਾ ਹਾਂਜੀ ਤਾਂ ਇਹਦੇ ਜੇ ਦੱਸਿਆ ਗਿਆ ਵੀ ਜਿੰਨੇ ਬੁੱਧੇ ਕੱਪੜੇ ਪਾਓਗੇ ਨਾ ਜੀ ਉਹਨਾਂ ਹੀ ਬੁੱਧਾ ਪਾਦਾ ਮਤਲਬ ਇਹ ਬੰਦਾ ਗੱਲ ਤੇ ਨਾ ਮਹਿਸੂਸ ਕਰਨ ਦੀ ਹਾਂਜੀ ਇਸਰਾ ਹੀ ਜਿੰਨੀ ਕਰਮਚਾਰੀ ਵੱਧ ਹੋਏਗੀ ਤਿਆਂ ਪੁੱਤਰ ਜਿੰਨੇ ਤੁਹਾਡੇ ਵੱਧ ਹੋਣਗੇ ਤੇ ਉਹਨਾਂ ਹੀ ਰਫੜ ਰੋਲੇ ਪਏ ਹੁੰਦੇ ਨੇ ਕਿਸੇ ਕਿਤੇ ਮਤਲਬ ਤੁਹਾਡੀ ਕੋ ਨੂੰ ਨੂੰ ਨਾਰਾਜ਼ ਹੋ ਗਈ ਉਹ ਪੇਕੇ ਟਰ ਗਈ ਕਿਤੇ ਧੀ ਉਧਰੋਂ ਨਾਰਾਜ਼ ਹੋ ਕੇ ਇੱਧਰ ਆ ਗਈ ਜੀ ਹਾਂਜੀ ਉਹ ਕਿਸੇ ਅੰਜ ਦੇ ਰੋਲੇ ਤੇ ਉਹ ਜ਼ਾਹਰ ਜਿੰਨੇ ਕੁੜਮ ਜ਼ਿਆਦਾ ਹੋਣਗੇ ਉਹ ਕਿਤੇ ਨਾ ਕਿਤੇ ਉਹਨਾਂ ਸਾਰਿਆਂ ਨੂੰ ਫਿਰ ਰਾਜ਼ੀ ਵੀ ਨਹੀਂ ਉਹਨਾਂ ਨੂੰ ਰਾਜ਼ੀ ਕਰਨਾ ਪੈਂਦਾ ਤੇ ਉਹਨਾਂ ਹੀ ਮੂੰਹ ਕਾਲਾ ਇਹ ਮਕਾਲਾ ਲਫ਼ਜ਼ ਜਿਹੜਾ ਅਸਲ 'ਚ ਮੂੰਹ ਕਾਲੇ ਤੋਂ ਹਾਂਜੀ ਹਾਂਜੀ ਤਾਂ ਉਹਨਾਂ ਹੀ ਫਿਰ ਇਹ ਪਰੇਸ਼ਾਨੀ ਜਈ ਹੁੰਦੀ ਹੈ ਤਾਂ ਇਹ ਗੱਲ ਇਹਦੇ 'ਚ ਦੱਸੀ ਗਈ ਹੈ ਵਾਹ ਹਾਂਜੀ ਕਿ ਮਤਲਬ ਇਹ ਕਿ ਕਪੜੇ ਜਿੰਨੇ ਮਰਜ਼ੀ ਪਾਓਗੇ ਤੇ ਉਨੀ ਠੰਡ ਜ਼ਿਆਦਾ ਲੱਗੇ ਹਾਂ ਜੀ ਮੱਲੇ ਠੰਡ ਦਾ ਇੱਕ ਕਫੀਅਤ ਦਾ ਸੋਚਣ ਦਾ ਨਾਮ ਹੀ ਨਾ ਤੇ ਜਦੋਂ ਠੰਡ ਦੇ ਦਿਨਾ ਠਾਕਿਆ ਮੈਂ ਹੋਰ ਪਾ ਲਾਂ ਮੈਂ ਹੋਰ ਪਾ ਲਾਂ ਅੱਲਾ ਬੰਦਾ ਤਗੜਾ ਹੋ ਕੇ ਬਾਹਰ ਆ ਕੇ ਮੈਂ ਕੰਮ ਲਗਾ ਕਰਨ ਹਾਂ ਜੀ ਪਸੀਨਾ ਕੱਢਿਆ ਆਪਣਾ ਤੇ ਉਹਨੂੰ ਕੁਝ ਵੀ ਨਹੀਂ ਆਂਦਾ ਪਾ ਲਾ ਸਾਰੇ ਕਪੜੇ ਵੀ ਲੱਝ ਜਾਂਦੇ ਹੱਜ ਕੱਪੜੇ ਵੀ ਲੱਝ ਜਾਂਦੇ ਆ ਤੇ ਇਹ ਹੀ ਕਫੀਅਤ ਦੇ ਦੇ ਜਿੰਨੇ ਕੁੜਮ ਤੇ ਕੁੜਮਾਚਾਰੀ ਜ਼ਿਆਦਾ ਹੋएगी ਧੀਆ ਪੁੱਤਰ ਜਿੰਨੇ ਜ਼ਿਆਦਾ ਉਹਨਾਂ ਨੂੰ ਵਿਆਹਾ ਉਹਨਾਂ ਦੇ ਸਹੁਰੇ ਅੱਗੇ ਪਿੱਛੇ 100 ਮਸਲੇ ਮਸਾਇਲ ਕਦੀ ਕੋ ਫਲਾਣਾ ਨਾਰਾਜ ਹੋ ਗਈ ਕਦੀ ਕੋ ਬਿਮਾਰ ਹੋ ਗਈ ਮੇਰਾ ਪਤਾ ਨਹੀਂ ਕਰਨ ਕੋ ਆਇਆ ਉਹ ਕੁੜੀ ਨੂੰ ਪੇ ਮਿਹਨੇ ਮਾਰਨੇ ਕੁੜੀ ਨੇ ਘਰ ਤੇ ਫੋਨ ਕਰਨੇ ਹਾਂਜੀ ਮੇਰੀ ਬੀਤੀ ਤੁਹਾਂ ਕਰਾ ਛੜੀਏ ਮੇਰੇ ਕਾਦੇ ਮਾਪੇ ਉਹ ਫਲਾਣ ਉਹ ਇਹ ਨਹੀਂ ਸੋਚਣਾ ਪੇ ਅਗਲੇ ਕਿਹੜੇ ਫਾ ਆਏ ਨਹੀਂ ਉਹਨਾਂ ਨੂੰ ਵੀ ਟਾਈਮ ਲੱਗਦਾ ਕਿ ਨਹੀਂ ਇਸ ਤਰ੍ਹਾਂ ਹੀ ਬਿਲਕੁਲ ਇਹ ਸਾਰੀ ਸੂਰਤ ਆ ਹਾਂਜੀ ਹਾਂਜੀ ਲਓ ਜੀ ਪਿਆਰਿਓ ਇਹ ਵੀ ਬਾਬਾ ਜੀ ਨੇ ਬੜਾ ਸੋਹਣਾ ਸਾਨੂੰ ਸਮਝਾਇਆ ਭਈ ਬਜਾਏ ਇਹ ਦੇ ਕਿ ਸਰਦੀ ਲੱਗਦੀ ਹੋਵੇ ਤੇ ਬੰਦਾ ਉੱਤੇ ਕਪੜੇ ਤੇ ਛਾੜ-ਚਾੜਦਾ ਜਾਏ ਆਪਣੇ ਆਪ ਤੇ ਬੰਦੇ ਨੂੰ ਹਿੰਮਤ ਕਰਨੀ ਚਾਹੀਦੀ ਹੈ ਤੇ ਉੱਠ ਕੇ ਕੋਈ ਕੰਮ ਧੰਦਾ ਕਰਨਾ ਚਾਹੀਦਾ ਹੈ ਤੇ ਸਾਰਾ ਭਾਲਾ ਲੱਥ ਜਾਂਦਾ ਤੇ ਦੂਸਰਾ ਜਿਹੜਾ ਇਸੇ ਅਖਾਨ ਦਾ ਹਿੱਸਾ ਹੈ ਉਹਦੇ ਵਿੱਚ ਵੀ ਮਤਲਬ ਸਾਫ਼ ਜ਼ਾਹਿਰ ਹੈ ਵੀ ਜਿਸ ਕਦਰ ਜ਼ਿਆਦਾ عزیزਦਾਰੀਆਂ ਕਰੀਬੀ ਰਿਸ਼ਤੇਦਾਰੀਆਂ ਹੋਣ ਉਹਨਾਂ ਸਾਰਿਆਂ ਨੂੰ ਬੰਦਾ ਰਾਜ਼ੀ ਨਹੀਂ ਰੱਖ ਸਕਦਾ ਜਿਨਾ ਚਾਹੋ ਕਿਸੇ ਨਾ ਕਿਸੇ ਵੱਲੋਂ ਕੋ ਗਿਲਾ ਲਾਮਾ ਬਣਦਾ ਹੀ ਰਹਿੰਦਾ ਤੇ ਬਜਾਏ ਇਹ ਦੇ ਕਿ ਜਿੰਨਾ ਮਰਜ਼ੀ ਬੰਦਾ ਅੱਛਾ ਹੋਵੇ ਲੇਕਿਨ ਉਹਦੇ ਧੀਆਂ ਪੁੱਤਰ ਅਗਰ ਬਹੁਤ ਜ਼ਿਆਦਾ ਹੋਣਾ ਠ 9 10 12 ਬੱਚੇ ਹੋਣ ਉਹ ਫਿਰ 10 12 ਥਾਵਾਂ ਦੇ ਧੀਆਂ ਪੁੱਤਰ ਵਿਆਹਣੇ ਪੈਂਦੇ ਨੇ ਫਿਰ ਉਹ ਕੁੜਮ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਕਿਸ ਤਰ੍ਹਾਂ ਉਰਾਜ਼ੀ ਰੱਖ ਸਕਦਾ ਬੰਦਾ ਬਾਬਾ ਜੀ ਸਵਿਟਜ਼ਰਲੈਂਡ ਤੋਂ ਸਾਡੇ ਇੱਕ ਪੱਕੇ ਦਰਸ਼ਕ ਨੇ ਬੜੇ ਪਿਆਰੇ ਅਨਸ ਰਸ਼ੀਦ ਜੀ ਇੰਜੀਨੀਅਰ ਨੇ ਪਿੱਛੋਂ ਲਾਹੌਰ ਦੇ ਰਹਿਣ ਆ ਲੈਣੇ ਤੇ ਅਰਸਾ ਹੈ ਤੋਂ ਤਰਾਸ ਤੋਂ ਉੱਥੇ ਹੀ ਟਿਕੇ ਨੇ ਹਮ ਉਹਨਾਂ ਨੇ ਜਨਾਬ ਖਾਨ ਭਜਵਾਇਆ ਪਈ ਰੱਬ ਦੇ ਨਾਂ ਦੀਆਂ ਘੁੰਗਣੀਆਂ ਹਮ ਤੇ ਪੀਰਾਂ ਦੇ ਨਾਂ ਦੇ ਸੰਡੇ ਹਾਂਜੀ ਇਹਦੇ ਹੀ ਦੱਸਿਆ ਗਿਆ ਨਾ ਕਿ ਇਹ ਇਤਿਹਾਸੇ ਵਾਲੀ ਗੱਲ ਹੈ ਹਾਂਜੀ ਹਾਂ ਜੀ ਕਿ ਜਿਹੜਾ ਰੱਬ ਐ ਜਿਹੜਾ ਦੇਣ ਆਲਾ ਜਿਹੜਾ ਪਾਲਣਹਾਰ ਐ ਅੱਲਾਹ ਹਾਂ ਜੀ ਉਹਦੇ ਨਾਂ ਨੂੰ ਦੇਣ ਲਗਿਆ ਤੇ ਤੁਸੀਂ ਕਣਕ ਆ ਬਾਲ ਕੇ ਹਾਂ ਜੀ ਹਾਂ ਜੀ ਤੇ ਉਹ ਘੁੰਗਣੀਆਂ ਜਿਹਦੇ ਵਿੱਚ ਮਾਸਾ ਲੂਣ ਪਾ ਕੇ ਤੇ ਉਹ ਦੇਸ਼ਰਨੀ ਆ ਜਾਂ ਮਾੜੀ ਮੋਟੀ ਸ਼ੱਕਰ ਪਾ ਦੇਣੀ ਹਾਂ ਜੀ ਅੱਛਾ ਤੇ ਸਮਝਣਾ ਵੀ ਉਹ ਕਿਹੜਾ ਕੋਲ ਬੈਠਾ ਐ ਹਾਂ ਜੀ ਹਾਲਾਂ ਦੇਣਵਾ ਤੇ ਸਾਰੇ ਜਹਾਨ ਨੂੰ ਉਹ ਓਏ ਜਿੰਨੀ ਜਿਹੜਾ ਬਉਦਾ ਦਿੰਦਾ ਤੁਸੀਂ ਵੀ ਉਹਨੂੰ ਬਉਦਾ ਪਰਤਾਓ ਅਸੂਲ ਤੇ ਇਹ ਵੇ ਹਾਂ ਜੀ ਉਹ ਮਤਲਬ ਇਹ ਕਿ ਤੁਸੀਂ ਉਹਦਾ ਆਖਣਾ ਅੱਛਾ ਉਹ ਕਿਹੜਾ ਨੇੜੇ ਬੈਠਿਆ ਕੋਲ ਬੈਠਿਆ ਤਾਂ ਪੀਰ ਸਾਹਿਬ ਜਿਹੜੇ ਹੁੰਦੇ ਨੇ ਉਹ ਜਿਹੜੇ ਗ੍ਰਾਹੀ ਕਰਨ ਦੇ ਆ ਜਾਂਦੇ ਨੇ ਹਾਂਜੀ ਆਪ ਘਰਾਂ ਦੇ ਵਿੱਚ ਅਕਸਰ ਪੀਰ ਵੇਖਿਆ ਘੋੜੀਆਂ ਦੇ ਚੜ ਗਏ ਤੇ ਘਰਾਂ 'ਚ ਆ ਜਾਂਦੇ ਨੇ ਬਿਲਕੁਲ ਅੱਜ ਉਹ ਉਹ ਫਿਰ ਗ੍ਰਾਹੀ ਕਰਨ ਜਦੋਂ ਫਸਲ ਪੱਕੇ ਉਦੋਂ ਉਹ ਸਾਡੇ ਫਕੀਰ ਦਰਵੇਸ਼ ਸਨ ਤੇ ਉਹਦਾ ਆਖਣਾ ਨਹੀਂ ਉਹ ਪੀਰਾਂ ਦੇ ਆਖਣਾ ਨਹੀਂ ਕੁੜੀਓ ਐਤ ਕਾ ਮਾਂ ਨਹੀਂ ਛਣ ਹੋਏ ਉਹਨਾਂ ਆਖਿਆ ਪੀ ਚੰਦਰਾ ਪੈ ਗਿਆ ਸੀ ਹੋਏ ਤੇ ਆਏ ਸਨ ਥੋੜੇ ਹੋਏ ਸਨ ਇਹ ਥੋੜਿਆਂ ਜੋ ਥੋੜਾ ਹਿੱਸਾ ਪੀਰਾਂ ਦਾ ਦੇ ਛੜੋ ਦਿਓ ਜਰੂਰ ਉਹਨਾਂ ਨਾਲ ਉਹ ਛੱਟ ਜਈ ਭਰ ਕੇ ਤੇ ਲੈ ਜਾਣੀ ਜਿਹੜੀ ਆ ਜਿਹੜੇ ਉਹਨਾਂ ਵਿਚਾਰਿਆਂ ਸਾਰਾ ਸਾਲ ਸਾਈਂ ਜਿਹੜੇ ਸਾਈਂ ਜਿਹੜੀ ਆਂਦੇ ਹੁੰਦੇ ਸਨ ਕਿ ਪੀਰ ਤੇ ਫਿਰ ਤੁਹਾਡੇ ਉਹ ਹੋਏ ਜਿਹੜੇ ਤੁਹਾਨੂੰ ਖਵਾਣ ਵਾਲੇ ਨੇ ਤੁਸੀਂ ਤੇ ਨਾ ਉਹਨਾਂ ਦੇ ਹੋਏ ਹਾਂਜੀ ਤੋ ਗੱਲ ਇਹ ਆ ਕਿ ਇਹ ਜਿਹੜਾ ਰਵਈਆ ਨਾ ਵੀ ਉਹ ਪੀਰ ਆਉਣ ਤੇ ਉਹਨਾਂ ਲਈ ਛੰਡੇ ਹਲਾਲ ਕਰ ਦਿਓ ਭਾਈ ਜੀ ਸਾਡੇ ਪੀਰ ਸਾਹਿਬ ਆਏ ਨੇ ਤੇ ਅੱਲਾ ਦੇ ਨਾਂ ਤੇ ਮਤਲਬ ਇਹ ਦੇਣ ਲੱਗਿਆ ਬੰਦੇ ਨੂੰ ਪੀੜ ਪੈ ਜੇ ਤੇ ਉਹ ਤੇ ਅੱਗੇ ਚਲੋ ਕਣਕ ਜਿਹੜੀ ਇਹ ਨਾਲ ਬਾਲਕੇ ਨਾਲ ਪੂਤੀ ਕਣਕ ਤੇ ਉਹਦੀਆਂ ਘੁੰਗਣੀਆਂ ਬਣਦੀਆਂ ਨਾ ਹਾਂਜੀ ਤੇ ਉਹਦੀ ਦੇਗ ਕੋ ਬਾਲਕੇ ਤੇ ਜਨਾਬ ਉਹ ਮਾੜੀ ਮੋਟੀ ਵਿੱਚ ਲੂਣ ਪਾ ਕੇ ਜਾਂ ਕੋਈ ਸ਼ੱਕਰ ਪਾ ਕੇ ਉਹ ਦੇ ਦਿਓ ਹਾਂਜੀ ਲਓ ਜੀ ਬੜਾ ਹੀ ਸੁਆਦ ਆਇਆ ਬਾਬਾ ਜੀ ਨੇ ਜਿਹੜਾ ਇਸ ਖਾਨ ਦਾ ਤਰਜਮਾ ਕੀਤਾ ਭਈ ਅੱਲਾਹ ਦੇ ਨਾਂ ਦੀਆਂ ਘੁੰਗਣੀਆਂ ਘੁੰਗਣੀਆਂ ਕਣਕ ਨੂੰ ਬਾਲਕੇ ਜਿਵੇਂ ਬਾਬਾ ਜੀ ਦੱਸਿਆ ਵਿੱਚ ਥੋੜੀ ਜੀ ਸ਼ੱਕਰ ਪਾ ਕੇ ਮਿੱਠੀਆਂ ਘੁੰਗਣੀਆਂ ਬਣਾ ਲੈਂਦੇ ਨੇ ਕਿਸੇ ਨਮਕ ਪਾ ਕੇ ਤੇ ਲੂਣੀਆਂ ਬਣਾ ਕੇ ਤੇ ਉਹ ਵੰਡਦੇ ਨੇ ਬਾਲਾਂ ਦੇ ਵਿੱਚ ਹਾਂਜੀ ਤੇ ਅੱਲਾ ਪਾਗ ਜਿਹੜਾ ਕੁੱਲ ਆਲਮ ਦਾ ਸਰਜਨਹਾਰ ਵੀ ਏ ਤੇ ਦੇਵਨਹਾਰ ਵੀ ਏ ਉਹਦੇ ਨਾਂ ਦੀਆਂ ਤੇ ਘੁੰਗਣੀਆਂ ਵੰਡ ਛੜਨੀਆਂ ਤੇ ਪੀਰ ਜਦੋਂ ਘਰ ਆਉਂਦੇ ਨੇ ਤੇ ਫਿਰ ਉਹ ਮੂੰਹ ਮਲਾਜ਼ੇ ਆਸਤੇ ਤੇ ਲੋਕਾਂ ਨੂੰ ਵਖਾਣ ਆਸਤੇ ਦਿਖਾਵੇ ਆਸਤੇ ਵਖਾਲਾ ਕਰਨ ਆਸਤੇ ਉਹਨਾਂ ਦੇ ਸੰਡੇ ਲਾਲ ਕਰ ਲੈ ਇਹ ਬੜਾ ਇੱਕ ਜਿਹੜਾ ਨਾ ਜੀ ਇਹ ਮੁਆਸ਼ਰਤੀ ਤੌਰ ਤੇ ਵੀ ਇਸ ਚੀਜ਼ ਦੀ ਨਿੰਦਿਆ ਹੋਣੀ ਚਾਹੀਦੀ ਹੈ ਤੇ ਉੰਜ ਵੀ ਅੱਲਾ ਪਾਕ ਸੱਚੇ ਸਾਹਿਬ ਦੇ ਹਜ਼ੂਰ ਵੀ ਇਨਸਾਨ ਨੂੰ ਐਸਾ ਕੰਮ ਕਰਨਾ ਚਾਹੀਦਾ ਕਿ ਸਭ ਕੁਝ ਕੁਰਬਾਨ ਅੱਲਾ ਦੀ ਰਾਹ ਚ ਕਰੇ ਪੀਰਾਂ ਵਾਸਤੇ ਕਰੇ ਉਹਨਾਂ ਦੀ ਖਿਦਮਤ ਜਿਹਨੇ ਪੀਰ ਫੜੇ ਨੇ ਅਸੀਂ ਨਹੀਂ ਆਖਦੇ ਪੀਰਾਂ ਦਾ ਦਿੱਤਾ ਤੇ ਪੀਰਾਂ ਖਾ ਜਾਣਾ ਤੇ ਅੱਲਾ ਦੀ ਰਾਹ ਚ ਦਿੱਤਾ ਤੇ ਅੱਲਾ ਦੇ ਕਈ ਬੰਦਿਆਂ ਖਾਣਾ ਔਰ ਅੱਲਾ ਪਾਕ ਨੇ ਕਿੱਡਾ ਖੁਸ਼ ਤੇ ਰਾਜ਼ੀ ਹੋਣਾ ਔਰ ਉਹਦਾ ਕਿੰਨਾ ਸਵਾਬ ਮਿਲਣਾ ਲਓ ਜੀ ਬਾਬਾ ਜੀ ਸਰਗੋਧਾ ਜਿਹੜਾ ਨਾ ਜ਼ਿਲ੍ਹਾ ਸਾਡਾ ਉਹਦਾ ਇੱਕ ਪਿੰਡ ਹੈ ਬੰਧਿਆਲ ਜੀ ਜੀ ਜਿੱਥੋਂ ਦੇ ਸਾਡੇ ਚੀਫ ਜਸਟਿਸ ਸਾਹਿਬ ਹੋਏ ਸਾਹਿਬ ਉਹ ਮਰਤਾਬ ਬੰਧਿਆਲ ਹਾਂਜੀ ਹਾਂਜੀ ਉਸ ਪਿੰਡ ਦੇ ਸਾਡੇ ਬੜੇ ਪਿਆਰੇ ਮੌਸਮ ਸਾਡੇ ਦਰਸ਼ਕ ਵੀ ਨੇ ਸਾਡੇ ਮਿਹਰਬਾਨ ਵੀ ਨੇ ਹਮ ਹਮ ਸੈਦ ਅਮੀਰ ਹੈਦਰ ਹਮ ਬਾਵਾ ਜੀ ਨੇ ਸਾਡੇ ਜੀ 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 ਉਹਨਾਂ ਨੇ ਅਖਾਨ ਪੁਜਵਾਇਆ ਬਾਵਾ ਜੀ ਨੇ ਉਹਨਾਂ ਨੇ ਆਖਿਆ ਭਈ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵਾਹ ਜਿਹੜਾ ਛੱਟ ਵੰਜੇ ਹਾਂ ਉਹਦੀ ਕਿਸਮਤ ਖੋਟੀ ਹਾਂਜੀ ਇਹਦੇ ਜੀ ਉਹਨਾਂ ਪੀਰ ਸਾਹਿਬ ਨੇ ਦੱਸਿਆ ਜਿਹੜਾ ਖਾਨ ਭੇਜਿਆ ਨਾ ਜੀ ਇਹਦੇ ਚ ਦੱਸਿਆ ਕਿ ਸਾਡੀ ਜਿਹੜੀ ਪੰਜਾਬੀਆਂ ਦੀ ਮਨ ਬਾਣੀ ਖਾ ਜੇ ਨਾ ਜੀ ਉਹ ਇਹ ਵੇ ਕਿ ਸਰੋਂ ਦਾ ਸਾਗ ਗੰਦਲਾਂ ਦਾ ਹਾਂ ਹਾਂਜੀ ਗੰਦਲਾਂ ਦਾ ਸਾਗ ਹੋਵੇ ਵਿੱਚ ਮੱਖਣ ਦਾ ਪੇੜਾ ਰੱਖਿਆ ਹੋਵੇ ਤੇ ਨਾਲ ਮਕਈ ਦੀ ਰੋਟੀ ਜਿਹੜੀ ਹੈ ਹਾਂਜੀ ਉਹਦੀ ਜਿਹੜੀ ਚਾਸ ਆਉਂਦੀ ਏ ਉਹ ਨਾ ਮਟਣਾ ਦੀ ਤੇ ਨਾ ਦੇਸੀ ਕੂਕੜਾਂ ਦਾ ਉਹ ਸਵਾਦ ਜਿਹੜਾ ਨਾ ਉਹਦੇ ਚੋਂ ਨਹੀਂ ਆਉਂਦਾ ਨਹੀਂ ਆਉਂਦਾ ਹਾਂਜੀ ਤੇ ਇਹਦੇ ਚ ਉਹਨਾਂ ਦੱਸਿਆ ਵੀ ਇਹ ਜਿਹੜੀ ਤੁਹਾਨੂੰ ਅਗਰ ਇਹ ਖਰਾਗ ਮਿਲ ਜਾਏ ਤੇ ਫੇਰ ਜਿਹੜਾ 65 ਵੰਜੇ ਹਾਂ 5 ਵੰਜੇ ਦਾ ਮਤਲਬ ਟੁੱਟ ਜਾਏ ਹਾਂ ਹਾਂਜੀ ਛੱਡ ਕੇ ਟੁੱਟ ਜਾਏ ਹਾਂ ਛੱਡ ਕੇ ਟੁੱਟ ਜਾਏ ਪੱਕਿਆ ਹੋਇਆ ਸਾਰਾ ਕੁਝ ਸਾਹਮਣੇ ਪਿਆ ਜੀ ਤੇ ਮੋਰੋ ਦੀ ਕਿਸਮਤ ਖੋਟੀ ਏ ਉਹਦੀ ਕਿਸਮਤ ਜਿਹੜੀ ਆ ਖਰਾਬ ਹੈ ਹਾਂਜੀ ਤੇ ਉਹਨੇ ਆਪਣੇ ਆਪ ਨੂੰ ਘਾਟਾ ਹੀ ਪਾਣਾ ਤੇ ਮਤਲਬ ਇਹ ਵੇ ਕਿ ਇਹ ਸਭ ਤੋਂ ਪੰਜਾਬ ਦੀ ਮਨ ਪਾਣੀ ਚੰਗੀ ਹੈ ਜੀ ਤੇ ਖੁਰਾਕੇ ਖਾ ਜੇ ਹਾਂਜੀ ਔਰ ਇਹਨੂੰ ਮਤਲਬ ਇਹ ਜ਼ਰੂਰ ਖਾਓ ਇਹਨੂੰ ਪੱਕੀ ਹੋਈ ਛੱਡ ਕੇ ਕਦੀ ਨਾ ਜਾਓ ਵਾਹ ਲਓ ਜੀ ਪਿਆਰਿਓ ਹੈ ਜਿਹੜਾ ਹੋ ਨਾ ਮੌਸਮ ਸ਼ੁਰੂ ਹੋਣ ਲੱਗਾ ਸਾਡਾ ਅੱਲਾ ਪਾਕ ਖੈਰ ਖਰੀਅਤ ਰੱਖੇ ਤੇ ਇਹ ਜਿਹੜਾ ਅੱਗੋਂ ਮੌਸਮ ਸਰਦੀਆਂ ਦਾ ਸ਼ੁਰੂ ਹੋਣ ਲੱਗਾ ਹੈ ਸਰਦੀਆਂ ਦੇ ਵਿੱਚ ਬਾਬਾ ਜੀ ਜਿਵੇਂ ਆਪਾ ਫਰਮਾਉਂਦੇ ਸਨ ਕਿ ਸਾਡੀ ਸਭ ਨਾਲੋਂ ਮਨ ਪਸੰਦ ਗਜ਼ਾ ਜਿਹੜੀ ਹੁੰਦੀ ਹੈ ਨਾ ਜੀ ਸਰੋਂ ਦਾ ਸਾਗ ਦੇਸੀ ਘਿਓ ਦੇ ਨਾਲ ਪਕਾਇਆ ਆਇਆ ਸਾਡੇ ਦਿਹਾਤੀ ਤੇ ਬੜੇ ਹੀ ਪਿਆਰ ਨਾਲ ਤੇ ਚਾਹ ਨਾਲ ਪਕਾਉਂਦੇ ਤੇ ਫਿਰ ਖਾਂਦੇ ਵੀ ਨੇ ਸ਼ਹਿਰਾਂ 'ਚ ਵੀ ਮਾਸ਼ਾਅੱਲਾ ਇਹਨੂੰ ਹੁਣ ਤੇ ਇੱਕ ਸਗਾਤ ਸਮਝ ਕੇ ਪਕਾਇਆ ਜਾਂਦਾ ਔਰ ਫਿਰ ਖਾਂਦੇ ਨੇ ਸਾਰੇ ਇਸ ਡਿਸ਼ ਨੂੰ ਤਿਆਰ ਕਰਕੇ ਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਸ਼ਾਹ ਉਹ ਆਪ ਪਜਵਾਇਆ ਖਾਨ ਵੀ ਜਿਹੜਾ 65 ਵੰਜੇ ਉਹਦੀ ਕਿਸਮਤ ਖੋਟੀ ਤੇ ਇਹ ਹੁਣ ਅੱਗੇ ਸ਼ੁਰੂ ਹੋਣਾ ਤੇ ਤੁਹਾਡੇ ਅੱਗੇ ਸਾਡੀ ਵੀ ਇਹ ਬੇਨਤੀ ਹੈ ਵੀ ਜ਼ਰੂਰ ਖਾਓ ਸਾਡੇ ਵੇਖੋ ਜੀ ਚਿਕਨ ਤੇ ਮਟਰਨ ਬਾਬਾ ਜੀ ਵੀ ਪੈ ਫਰਮਾਉਂਦੇ ਸਨ ਉਹ ਤੇ ਆਪ ਲੋਕ ਖਾਂਦਾ ਹੀ ਰਹਿੰਦੇ ਨੇ ਲੇਕਿਨ ਇਹ ਹੁਣ ਇੱਕ ਸੁਗਾਤ ਦਾ ਦਰਜਾ ਸ਼ਹਿਰਾਂ 'ਚ ਇਹਦਾ ਦਰਜਾ ਇੱਕ ਸੁਗਾਤ ਦਾ ਹੋ ਚੁੱਕਿਆ ਪਿੰਡਾਂ 'ਚ ਤੇ ਮਾਸ਼ਾਅੱਲਾ ਘਰ-ਘਰ ਹੁਣ ਵੀ ਪਕਦੇ ਨੇ ਸਰਦੀਆਂ ਦੇ ਵਿੱਚ ਹਫਤੇ 'ਚ ਇੱਕ ਦੀ ਹਰ ਮਹੀਨੇ 'ਚ 2-4-5 ਵਾਰੀ ਮੱਕਈ ਦੀਆਂ ਰੋਟੀਆਂ ਸੋਹਣੀਆਂ ਦੇਸੀ ਘਿਓ ਵਾਲਾ ਸਾਗ ਇਹ ਤੇ ਖਾਂਦੇ ਹੀ ਅਸੀਂ ਵੀ ਜਦੋਂ ਪਿੰਡ ਜਾਂਦੇ ਆ ਸਾਡੇ ਘਰਾਂ 'ਚ ਵੀ ਮਾਸ਼ਾਅੱਲਾ ਪੱਕਦਾ ਲੇਕਿਨ ਸ਼ਹਿਰਾਂ 'ਚ ਇਹ ਇੱਕ ਸੁਗਾਤ ਬਣ ਗਈ ਹੈ ਔਰ ਇਹ ਬੜਾ ਮੁਕਵੀ ਖਾਣਾ ਬੜਾ ਤਾਕਤਵਰ ਖਾਣਾ ਹੈ ਇਹਨੂੰ ਜ਼ਰੂਰ ਜਿਹੜਾ ਨਾ ਜੀ ਸਰਦੀਆਂ 'ਚ ਖਾਣਾ ਚਾਹੀਦਾ ਹੈ ਇਹਦੇ ਨਾਲ ਵੀ ਬੜਾ ਪਾਲਾ ਬੰਦੇ ਦਾ ਲੱਥਦਾ ਔਰ ਜਿਸਮ ਨੂੰ ਤਾਕਤ ਵੀ ਇਹ ਗੁਜ਼ਾਰਤ ਦਿੰਦੀ ਹੈ ਸਾਹਿਬੋ ਇਹ ਸਨ ਤੁਹਾਡੇ ਅੱਜ ਦੇ ਅਖ਼ਾਨ ਹੁਣ ਸਾਡੇ ਵਲੌਗ ਦਾ ਵੇਲਾ ਮੁੱਕ ਗਿਆ ਤੁਹਾਡੇ ਕੋਲੋਂ ਹੁਣ ਲਵਾਂਗੇ ਇਜਾਜ਼ਤ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲੋ roll